ਬੰਦੇ ਪਾਤਸ਼ਾਹ ਵੀ ਕੋਈ ਉਹਦੇ ਪਿੱਛੇ ਬਹਾਨੇ ਕੋਈ ਵੀ ਵਰਤੇ ਗਏ, ਪਰ ਮਕਸਦ ਇਹ ਸੀ ਖਵਾਜ਼ਾ ਮੁਹੰਮਦ ਬਾਕੀ ਗੱਲਾਂ ਨੇ ਆ ਕੇ ਪੱਟੀ ਪੜ੍ਹਾਉਂਦੀ ਸ਼ੇਖ ਫਰੀਦ ਬੁਖਾਰੀ ਨੂੰ, ਸ਼ੇਖ ਅਹਿਮਦ ਸਰਹੰਦੀ ਨੂੰ, ਇਹਨਾਂ ਰਲ ਕੇ ਜਹਾਂਗੀਰ ਗੱਦੀ ਤੇ ਬਿਠਾਇਆ। ਜਹਾਂਗੀਰ ਸਿਰਫ ਇੱਕ ਮੋਹਰਾ ਸੀ, ਚੰਦੂ ਇੱਕ ਮੋਹਰਾ ਸੀ, ਅਸਲੀ ਜਿਹੜੇ ਪਿੱਛੇ ਕਰਤੂਤ ਕਰਨ ਵਾਲੇ ਬੰਦੇ ਸੀ ਉਹ ਸੀ, ਜਿਨ੍ਹਾਂ ਦੀ ਇਹ ਸੋਚ ਸੀ ਕਿ ਜਿੰਨੇ ਵੀ ਲੋਕ ਨੇ ਸਾਰਿਆਂ ਨੂੰ ਮੁਸਲਮਾਨ ਬਣਾ ਲਓ। ਹਾਲਾਂਕਿ ਉਹਨਾਂ ਵਿੱਚ ਚਿਸ਼ਤੀ ਸਿਲਸਿਲਾ ਵਾਲੇ ਜਿਹੜੇ ਮੁਸਲਮਾਨ ਸੀ ਬੜਾ ਪਿਆਰ ਕਰਦੇ ਸੀ ਗੁਰੂ ਅਰਜਨ ਦੇਵ ਪਾਤਸ਼ਾਹ, ਸਾਈ ਮੀਆਂ ਮੀਰ ਜੀ ਵਰਗੇ ਬੜਾ ਪਿਆਰ ਹੈ ਉਹਨਾਂ ਦਾ ਗੁਰੂ ਘਰ ਦੇ ਨਾਲ। ਬਾਬਾ ਭੀਖਣ ਸ਼ਾਹ ਜੀ ਕਿੰਨਾ ਪਿਆਰ ਹੈ ਉਹਨਾਂ ਦਾ ਗੁਰੂ ਘਰ ਦੇ ਨਾਲ। ਪੀਰ ਬਦਰੁਦੀਨ ਸ਼ਾਹ ਕਿੰਨਾ ਪਿਆਰ ਹੈ ਉਹਨਾਂ ਦੇ ਨਾਲ। ਧੰਨ ਭਾਗ ਉਸ ਮੁਸਲਮਾਨ ਭਰਾ ਦੇ ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ ਆਪਣੀ ਦਸਤਾਰ ਅੱਧੀ ਦੇ ਦਿੰਦੇ, ਆਪਣਾ ਕੰਧਾ ਬਖਸ਼ ਦਿੰਦੇ। ਕੋਈ ਮੁਸਲਮਾਨ ਭਰਾ ਸੀ ਜਿਹਨੇ ਦੋਨੋਂ ਹੱਥ ਕੱਢ ਕੇ ਆਖਿਆ ਸੀ, ਜਦੋਂ ਦੋ ਪੁੱਤ ਸ਼ਹੀਦ ਹੋ ਗਏ ਤੇ ਮਹਾਰਾਜ ਨੇ ਆਖਿਆ ਦੱਸੋ ਜੀ ਕੀ ਮੰਗੋ ਮੰਗੋ ਕੀ ਮੰਗਦੇ ਹੋ ਤੁਸੀਂ, ਤਾਂ ਉਸ ਮੁਸਲਮਾਨ ਬਜ਼ੁਰਗ ਨੇ ਸੱਚੀ ਮੁੱਚੀ ਦਾ ਪੀਰ ਸੀ ਉਹਨਾਂ ਆਖਿਆ, ਬਾਬਾ ਜੀ ਗੁਰੂ ਪਾਤਸ਼ਾਹ ਜਿਹੜੇ ਕੰਘਾ ਤੁਸੀਂ ਹੁਣ ਇਸ ਵੇਲੇ ਕੇਸਾਂ 'ਚ ਵਰਤ ਰਹੇ ਹੋ, ਇਹ ਕੰਘਾ ਕੇਸਾਂ ਸਮੇਤ ਜਿਹੜੇ ਕੇਸ ਇਸ ਕੰਘੇ 'ਚ ਨੇ ਇਹ ਦਾਸ ਦੀ ਝੋਲੀ ਪਾ ਦਿਓ। ਇੰਨਾ ਪਿਆਰ ਗੁਰੂ ਸਾਹਿਬ, ਇੰਨਾ ਸਤਿਕਾਰ। ਪਿੱਛੇ ਜੇ ਕੋਈ ਬਜ਼ੁਰਗ ਬੈਠੇ ਸੀ ਕਹਿੰਦੇ ਹੁਣ ਸਾਡੀ ਕੌਮ ਨੇ ਉਹਨਾਂ ਦੇ ਨਾਲ ਕਿੰਨਾ ਕੁ ਰਿਸ਼ਤਾ ਰੱਖਿਆ, ਉਹਨਾਂ ਦੇ ਅਗਲੀਆਂ ਪੀੜ੍ਹੀਆਂ ਇੱਕ ਪ੍ਰਚਾਰਕ ਵੀ ਹਮੇਸ਼ਾ ਕਿਤੇ ਪੜ੍ਹਿਆ ਸੀ ਜਾਂ ਕੋਈ ਪ੍ਰਚਾਰਕ ਸੱਜਣ ਪਾਕਿਸਤਾਨ ਗਿਆ ਸੀ, ਉੱਥੇ ਮੁਸਲਮਾਨਾਂ ਨੇ ਬੜਾ ਪਿਆਰ ਕੀਤਾ, ਸਤਿਕਾਰ ਦਿੱਤਾ, ਦਿੱਲੀ ਤੋਂ ਜੱਥਾ ਜਾਂਦਾ ਹੀ ਰਹਿੰਦਾ ਨਨਕਾਣਾ ਸਾਹਿਬ ਦਰਸ਼ਨ ਕਰਨ। ਉਹਨਾਂ ਆਖਿਆ ਜੀ ਬਾਕੀ ਤਾਂ ਤੁਸੀਂ ਸਾਰੀਆਂ ਚੀਜ਼ਾਂ ਭੁੱਲ ਗਏ, ਨਨਕਾਣਾ ਸਾਹਿਬ ਹੀ ਤੁਹਾਨੂੰ ਯਾਦ ਆ, ਪਰ ਤੁਹਾਨੂੰ ਪੀਰ ਬੁੱਧੂ ਸ਼ਾਹ ਕਿਵੇਂ ਭੁੱਲ ਗਏ? ਤੁਸੀਂ ਕਦੇ ਪੁੱਛਿਆ ਉਹਨਾਂ ਦੀ ਅਗਲੀ ਸੰਤਾਨ ਕਿੱਥੇ ਰਹਿੰਦੀ ਹੈ? ਮੀਣਾ ਮਾਰਿਆ ਉਸ ਮੁਸਲਮਾਨ ਭਰਾ ਨੇ ਸਿੰਘ ਕੌਮ ਨੂੰ, ਤੇ ਤੁਸੀਂ ਕਦੇ ਪੁੱਛਿਆ ਉਹ ਪੀਰ ਬਦਰੁਦੀਨ ਸ਼ਾਹ ਜਿਹਦੇ ਦੋ ਪੁੱਤ ਸ਼ਹੀਦ ਹੋ ਗਏ, ਜਿਹਦਾ ਪਰਿਵਾਰ ਉਜੜ ਗਿਆ, ਉਹਦੇ ਬਾਰੇ ਕਦੇ ਪੁੱਛਿਆ ਕਿੱਥੇ ਗਏ, ਕਿੱਥੇ ਨੇ ਉਹ ਨਿਸ਼ਾਨੀਆਂ? ਪਤਾ ਕਿਉਂ ਇਹ ਚੀਜ਼ਾਂ ਗਵਾਚੀਆਂ? ਕਿਉਂਕਿ ਸਾਨੂੰ ਸਾਰਿਆਂ ਆਪਣੀ ਜ਼ਿੰਦਗੀ ਦੀ ਚਿੰਤਾ ਹੈ। ਇੱਕ ਦਿਨ ਐਸਾ ਰੱਖ ਲਓ ਜਿਸ ਦਿਨ ਤੁਸੀਂ ਆਪਣੀ ਜ਼ਿੰਦਗੀ ਤੋਂ ਬਾਹਰ ਆ ਕੇ ਇਹ ਸੋਚਣਾ ਹੈ, ਇੱਕ ਪਿਤਾ ਇੱਕ ਕਸਕੇ ਹਮ ਬਾਹਰ, ਘੱਟੋ ਘੱਟ ਇੱਕ ਦਿਨ ਤੇ ਜਿੱਦਾਂ ਦੀ ਜ਼ਿੰਦਗੀ ਜੀਵੀਏ ਜਿਸ ਦਿਨ ਅਸੀਂ ਇਹ ਸੋਚੀਏ ਕਿ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਧੀਆਂ ਪੁੱਤਾਂ ਹਾਂ। ਇਹ ਦਾਵਾ ਨਹੀਂ, ਇਹ ਗੱਲ ਸੱਚੀ ਹੈ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੀ ਦੁਨੀਆਂ ਦੇ ਸਾਰੇ ਕਲੇਸ਼ਾਂ ਨੂੰ ਮੁਕਾ ਸਕਦੇ ਨੇ, ਮੁਕਾਉਂਦੇ ਨੇ। ਬਾਣੀ ਪੜ੍ਹੋ, ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਟਮ। ਪੜ੍ਹੋ ਜੀ ਭਗਤੀ, ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਟਮੋ। ਇਹ ਜਿਹੜਾ ਕਲੇਸ਼ ਪਿਆ ਹੈ, ਪੰਜਾਬ ਦੇ ਵਿੱਚ ਇੱਕ ਲਫ਼ਜ਼ ਵਰਤਿਆ ਜਾਂਦਾ ਹੈ, ਅਜੇ ਬਾਣੀ 'ਚ ਵੀ ਵਰਤਿਆ ਜਾਂਦਾ ਹੈ, ਜੇ ਚਾਰ ਜਣੇ ਕਿਤੇ ਲੜਦੇ ਹੋਣ ਤਾਂ ਕਹਿੰਦੇ ਨੇ ਤੁਸੀਂ ਕੀ ਸਿਆਪਾ ਪਾਏ ਹੋ। ਤੁਹਾਨੂੰ ਇਹ ਲਫ਼ਜ਼ ਅਜੀਬ ਲੱਗੇਗਾ ਕਿ ਸੰਗਤ 'ਚ ਵਰਤਣਾ ਜ਼ਰੂਰੀ ਨਹੀਂ ਸੀ, ਪਰ ਮਹਾਰਾਜ ਗੁਰੂ ਗ੍ਰੰਥ ਸਾਹਿਬ 'ਚ ਵਰਤਦੇ ਨੇ। ਸਾਹਿਬ ਕਹਿੰਦੇ ਨੇ ਸੱਤੀ ਰੰਨੀ ਕਰੇ ਸਿਆਪਾ ਰੋਹ ਰੂੜੀ ਕਮੀ। ਸਾਡੇ ਹਿਰਦੇ ਘਰ 'ਚ ਕਲੇਸ਼ ਸ਼ੁਰੂ ਹੋਇਆ। ਪਹਿਲਾਂ ਲੜਾਈ, ਸਭ ਤੋਂ ਪਹਿਲੀ ਲੜਾਈ ਕੌਮਾਂ ਦੀ ਤੇ ਬਾਅਦ 'ਚ ਹੈ, ਬਾਹਰਲੀਆਂ ਲੜਾਈਆਂ ਬਾਅਦ 'ਚ ਨੇ, ਪਹਿਲਾਂ ਘਰ ਦੀਆਂ ਲੜਾਈਆਂ ਬਾਅਦ 'ਚ ਨੇ, ਸੱਸ ਨੂੰ ਪਿਓ ਧੀ ਪਿਓ ਪੁੱਤ ਭੈਣ ਭਰਾ ਪਤੀ ਪਤਨੀ ਇਹ ਲੜਾਈਆਂ ਤੇ ਬਾਅਦ 'ਚ ਨੇ। ਸਭ ਤੋਂ ਪਹਿਲੀ ਲੜਾਈ ਪਤਾ ਕਿੱਥੇ ਆ? ਮਨ ਹੀ ਨਾਲ ਚੱਲਦਾ। ਪਹਿਲੀ ਲੜਾਈ ਸਾਡੇ ਅੰਦਰ ਸ਼ੁਰੂ ਹੁੰਦੀ ਹੈ, ਅਸੀਂ ਲੜਦੇ ਹਾਂ, ਰੋਜ਼ ਹਾਰ ਜਾਂਦੇ ਹਾਂ, ਕਮਜ਼ੋਰ ਹਾਂ, ਖਾਂਦੇ ਨਹੀਂ ਨਾ ਕੁਛ। ਜੋ ਮਾਂ ਨੇ ਖਾਣਾ ਬਖਸ਼ਿਸ਼ ਕੀਤਾ ਹੈ, ਜੇ ਉਹ ਛਕਿਆ ਹੁੰਦਾ, ਜੇ ਕੋ ਖਾਵੇ ਜੇ ਕੋ ਭੁੰਚੈ, ਫਿਰ ਤਾਕਤ ਪੈਂਦੀ ਹੈ ਨਾ ਅੰਦਰ। ਮਾਂ ਦੀ ਬਣਾਈ ਰੋਟੀ ਨਾਲ ਤਾਕਤ ਮਿਲਦੀ ਆ, ਬਾਹਰ ਦਾ ਫਾਸਟਫੂਡ ਖਾ ਕੇ ਤੇ ਜੱਡੀ ਵੱਧਦੇ ਆ। ਅਸੀਂ ਬਾਹਰ ਦੀ ਸੋਚ ਜ਼ਿਆਦਾ ਅਪਣਾਈ, ਸਾਡੀ ਗੁਰਬਾਣੀ ਮਾਂ ਨੇ ਜਿਹੜਾ ਸਾਨੂੰ ਭੋਜਨ ਬਖਸ਼ਿਸ਼ ਕੀਤਾ ਉਹਨੂੰ ਛੱਕ ਕੇ ਅੰਦਰ ਦੀ ਲੜਾਈ ਖਤਮ ਹੋਣੀ ਹੈ। ਕਲੇਸ਼ ਪਿਆ ਨਾ ਸਰੀਰ 'ਚ, ਹਰ ਰੋਜ਼ ਇੱਛਾਵਾਂ ਵਧਣੀਆਂ ਨੇ। ਹੁਣ ਤੁਹਾਡੀ ਪਰਸਨਲ ਲਾਈਫ 'ਚ ਜਿਹਨਾਂ ਨੂੰ ਪਿਛਲੀ ਕਥਾ 'ਚ ਇੰਟਰਸਟ ਨਹੀਂ ਆਇਆ, ਹੁਣ ਪਰਸਨਲ ਇੰਡੀਵਿਜੁਅਲ ਲਾਈਫ 'ਤੇ ਆ ਜਾਓ, ਜਿੱਥੋਂ ਲੜਾਈ ਸ਼ੁਰੂ ਹੁੰਦੀ ਹੈ। ਕੌਮਾਂ ਲੜਦੀਆਂ ਨੇ, ਫਿਰ ਸ਼ਹੀਦ ਹੁੰਦੇ ਨੇ, ਫਿਰ ਜ਼ੁਲਮ ਹੁੰਦੇ ਨੇ। ਲੜਾਈ ਪਤਾ ਕਿੱਥੋਂ ਹੁੰਦੀ ਹੈ? ਦੁਖੀ ਰਹਿਣ ਦਾ ਸੌਖਾ ਤਰੀਕਾ ਆ ਕਿ
ਇੱਛਾਵਾਂ ਵਧਾ ਲਓ ਵਧਾ ਲਓ। ਜਿੰਨਾ ਜ਼ਿਆਦਾ ਦੁਖੀ ਹੋਣ ਨੂੰ ਮਨ ਕਰੇ ਇੱਛਾਵਾਂ ਤੁਹਾਡੀਆਂ ਹੀ ਵਧਾ ਲਓ, ਜਿੰਨੀਆਂ ਇੱਛਾ ਵਧਣਗੀਆਂ ਉਨੇ ਦੁੱਖ ਵਧਣਗੇ, ਟਿਕਾ ਨਹੀਂ ਹੋਣਾ ਕਦੇ। ਉਹ ਜਿਹੜਾ ਬਚਨ ਬਾਬਾ ਜੀ ਸਾਨੂੰ ਕਹਿ ਰਹੇ ਨਾ, ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੌਪੜੀ ਨਾ ਤਰਸਾਏ ਜੀਓ, ਸੇਵ ਕੀਤੀ ਸੰਤੋਖੀ ਜਿਹੜੀ ਸੱਚੋ ਸੱਚ ਤੇ ਆਇਆ ਉਹਨੂੰ ਹੁੰਦਾ ਪੈਰ ਨਾ ਰੱਖੇ ਉਹ ਕਰ ਸੁਪ੍ਰਿਤ ਧਰਮ ਕਮਾਇਆ। ਲੜਾਈ ਕਿੱਥੇ? ਸਭ ਤੋਂ ਪਹਿਲਾਂ ਇੱਛਾਵਾਂ ਵਧਦੀਆਂ ਨੇ, ਜ਼ਿੰਦਗੀ 'ਚ ਨਾਸ ਮਾਰ ਕੇ ਲਾ ਦਿੰਦੀਆਂ। ਕਹਿੰਦੇ ਨਾ ਨਿਤਨੇਮ 'ਚ ਜਿਹਨਾਂ ਜਿਹਨਾਂ ਦਾ ਨਹੀਂ ਜੁੜਦਾ ਨਿਤਨੇਮ 'ਚ ਧਿਆਨ, ਆਹਦੇ ਨਿਤਨੇਮ 'ਚ ਮਨ ਨਹੀਂ ਜੁੜਦਾ। ਇੱਛਾ ਹੁੰਦੀ ਕਈ ਵਾਰੀ ਮੇਰੀ ਇੱਜ਼ਤ ਬਹੁਤ ਜ਼ਿਆਦਾ ਹੋ ਗਈ ਹੁੰਦੀ ਨਾ, ਮੈਂ ਚੰਗਾ ਕੰਮ ਕਰਾਂ ਉਹ ਵੀ ਮੇਰੀ ਤਾਰੀਫ ਕਰੇ, ਉਹ ਵੀ ਤਾਰੀਫ ਕਰੇ, ਦਸ ਜਣਿਆਂ ਤਾਰੀਫ ਕਰਤੀ ਇੱਕ ਨੇ ਗਲਤੀ ਕਰਤੀ ਮਿੱਟੀ, ਮਨ ਅਸ਼ਾਂਤ ਚਾਰ ਦਿਨ ਦੁਖੀ, ਜਿੱਦਾਂ ਹੀ ਬੰਦਾ ਸਾਹਮਣੇ ਆਇਆ ਫਿਰ ਦੁਖੀ ਅਸ਼ਾਂਤ। ਕਾਹਤੋਂ? ਕਿਉਂਕਿ ਇੱਛਾ ਮਨ ਦੀਆਂ ਇੰਨੀਆਂ ਨੇ, ਇਹ ਕਹਿੰਦੀਆਂ ਨੇ ਕਿ ਸਾਨੂੰ ਹੋਰ ਦੇਵੇ ਹੋਰ ਦੇਵੇ। ਜਿਹੜਾ ਗੁਰੂ ਸਾਹਿਬ ਦਾ ਵਚਨ ਆ, ਕੌਮਾਂ ਦੀ ਲੜਾਈ ਤੇ ਕੌਮ ਆਪਸ ਲੋਕ ਲੜ ਪਏ ਨੇ ਉਹ ਬਾਅਦ ਚ ਆ, ਇੱਥੇ ਪਹਿਲਾਂ ਸਾਹਿਬ ਕਹਿੰਦੇ ਸੱਤੀ ਰੰਨੀ ਕਰੇ ਸਿਆਲ, ਤੇਰੀਆਂ ਸੱਤ ਰੰਨਾਂ ਨੇ ਸੱਤ ਘਰ ਵਾਲੀਆਂ ਨੇ, ਤੇਰੀਆਂ ਇੰਦਰੀਆਂ ਹਰ ਇੰਦਰੀ ਰੌਲਾ ਪਾ ਲਿਆ, ਅੱਜ ਇਹ ਨਹੀਂ ਖਾਣਾ ਇਹ ਨਹੀਂ ਪਾਉਣਾ ਆਹ ਜਿਹੜਾ ਜੋੜਾ ਇਹਨਾਂ ਇੰਨੀਆਂ ਚੀਜ਼ਾਂ। ਸ਼ਾਂਤੀ ਚਾਹੀਦੀ ਹੈ ਗੁਰੂ ਪਿਆਰੇ, ਸ਼ਾਂਤੀ ਚਾਹੀਦੀ ਹੈ। ਤੇ ਸਭ ਤੋਂ ਪਹਿਲਾਂ ਅੰਮ੍ਰਿਤਾ ਹੈ ਸ਼ੁਕਰ, ਤੁਸੀਂ ਅੰਮ੍ਰਿਤਧਾਰੀ ਹੋ ਜਾਂ ਨਹੀਂ ਹੋ ਸ਼ੁਕਰਾਨਾ ਕਰਨਾ ਸ਼ੁਰੂ ਕਰੋ। ਜਿਹਨੇ ਸ਼ੁਕਰਾਨਾ ਨਹੀਂ ਕੀਤਾ ਉਹਦਾ ਮਨ ਬਾਣੀ ਨਾਲ ਨਹੀਂ ਜੁੜਨਾ, ਕਿਉਂਕਿ ਜਿੱਦਾਂ ਹੀ ਪਾਠ ਕਰਨਾ ਸ਼ੁਰੂ ਕਰਨਾ ਦਿਮਾਗ 'ਚ ਆ ਜਾਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਪਿਛਲੇ ਮਹੀਨੇ ਦਾ ਫਲਾਣਾ ਕੰਮ ਅੜਿਆ ਪਿਆ ਮੇਰਾ ਕੰਮ ਕੱਢ ਦੇ। ਇੱਛਾਵਾਂ ਇੰਨੀਆਂ ਕੁ ਜ਼ਿਆਦਾ ਨੇ। ਅੱਛਾ ਇਹ ਵੀ ਨਹੀਂ ਕਿ ਕੰਮ ਨਹੀਂ ਕਰਨਾ ਜ਼ਿੰਦਗੀ 'ਚ, ਹਰ ਕੰਮ ਕਰਨਾ, ਤਾਂ ਹੀ ਆ ਬਿਜਲੀ ਦੇ ਬਿੱਲ ਕਿੱਥੋਂ ਪੇ ਕਰਨੇ ਗੁਰਦੁਆਰਿਆਂ ਦੇ ਅੰਦਰ, ਤੁਹਾਡੀ ਮਾਇਆ ਨਾਲ ਹੀ ਕਰੂੰ, ਸਾਡੇ ਵਰਗਿਆਂ ਦੀਆਂ ਟਿਕਟਾਂ ਕਿੱਥੋਂ ਪੂਰੀਆਂ ਹੁੰਦੀਆਂ, ਤੁਹਾਡੀ ਮਾਇਆ ਤੋਂ ਹੋਣੀਆਂ। ਕੰਮ ਕਰਨਾ ਮਿਹਨਤ ਕਰਨੀ ਹੈ, ਪਰ ਇੱਕ ਵਿੱਚ ਸ਼ੁਕਰਾਨਾ ਕਿੱਥੋਂ ਆਏਗਾ, ਸ਼ੁਕਰਾਨਾ ਕਿੱਥੋਂ ਆਏਗਾ, ਕਾਲ ਖਾਏ ਕਿਸ਼ ਹੱਥੋਂ ਦੇ ਨਾਲ ਰਾਹ ਸੁਣਿਆ ਸੀ। ਜਿਸ ਦਿਨ ਸ਼ੁਕਰਾਨਾ ਆਏਗਾ ਉਹਦੇ 'ਚੋਂ ਸਬਰ ਪੈਦਾ ਹੋਏਗਾ, ਸਬਰ ਮੰਦ ਕਮਾਣ ਹੈ, ਸਬਰ ਦਾ ਨੀਂਹ ਸਬਰ ਸੰਦਾ ਬਾਣ ਖਾਲ ਖਤਾ ਬਣ ਕਰ। ਅਤੇ ਜਿੱਦਣ ਸਬਰ ਆਏਗਾ ਸ਼ੁਕਰ ਸਬਰ ਉਹ 'ਚੋਂ ਸੰਤੋਖ ਉਪਜੇਗਾ। ਅਸੀਂ ਆਪਣੇ ਬੱਚਿਆਂ ਨੂੰ ਸੰਤੋਖ ਦੇ ਲੈਕਚਰ ਦੇ ਸਕਦੇ ਹਾਂ, ਸੰਤੋਖ ਵਸਾ ਕਿਵੇਂ ਸਕਦੇ ਹਾਂ। ਕਰਨ ਲੱਗੇ ਸਮਾਪਤੀ ਜੀ ਹੁਣ ਬਸ ਦੋ ਚਾਰ ਮਿੰਟ 'ਚ, ਅਸੀਂ ਆਪਣੇ ਬੱਚਿਆਂ ਨੂੰ ਲੈਕਚਰ ਦੱਸ ਸਕਦੇ ਹਾਂ ਸੰਤੋਖ ਕਿਵੇਂ ਆਏਗਾ। ਤੁਹਾਨੂੰ ਪਤਾ ਸਾਡੇ ਜਿਹੜੀ ਅਗਲੀ ਪੀੜ੍ਹੀ ਆਉਣੀ ਉਹਨਾਂ ਦੀਆਂ ਇੱਛਾਵਾਂ ਸਾਡੇ ਕੋਲ ਅੱਗੇ ਨੇ, ਉਹ ਇਹੀ ਸੋਚਦੇ ਨੇ ਵੀ ਮੇਰੇ ਕੋਲ ਜਿਹੜਾ ਪੈਸਾ ਨਾ ਬਿਲ ਗੇਟਸ ਤੋਂ ਵੀ ਜ਼ਿਆਦਾ ਹੋਵੇ, ਉਹ ਅਗਲੇ ਹੋਰ ਗਾਂ ਹੀ ਤੁਰੇ ਨੇ ਮਾੜੀ ਮੋਟੀ। ਜੇ ਆਮ ਸਾਡੇ ਵਰਗੇ ਆਮ ਬੰਦਾ ਜਿਹੜਾ ਕਹਿੰਦਾ ਨਾ ਮੇਰੇ ਕੋਲ 15 ਲੱਖ ਵਾਲੀ ਗੱਡੀ ਹੋਵੇ, ਉਹ ਅਗਲੇ ਕਹਿੰਦੇ ਸਾਡੇ ਕੋਲ 4 ਕਰੋੜ ਦੀ ਹੋਵੇ ਇੱਛਾ, ਫਿਰ ਅਸੀਂ ਕਹਿੰਦੇ ਹਾਂ ਰਲ ਕੇ ਨਹੀਂ ਬਹਿੰਦਾ ਜੀ ਕੋਈ, ਰਲ ਕੇ ਕਿੱਥੋਂ ਬਹਿਣਾ, ਉਹ ਬੈਠਣ ਨਹੀਂ ਦਿੰਦੇ ਇੱਛਾ। ਇੱਕ ਸਵਾਨ ਹੋਏ ਸਵਾਨੀ ਨਾਲ ਭਲਕੇ ਭੌਂਕੈ ਸਦਾ ਬਿਆਲ, ਉਹ ਅੰਦਰ ਭੌਂਕਦੀਆਂ ਨੇ ਅਸ਼ਾਂਤ ਕਰਦਾ। ਸ਼ੁਕਰਾਨਾ ਸਬਰ ਸੰਤੋਖ, ਤੇ ਸੰਤੋਖ ਲੈਕਚਰ ਨਾਲ ਨਹੀਂ ਹੁੰਦਾ ਵੰਡ ਕੇ ਸ਼ਕਲ ਨਾਲ ਹੁੰਦਾ ਆ। ਜਿਹਨਾਂ ਜਿਹਨਾਂ ਕੋਲ ਪੈਸੇ ਲਏ ਨੇ ਉਹਨਾਂ ਦੇ ਮੁੱਲ ਦਿਓ ਤੇ ਸ਼ਾਂਤੀ, ਜਿਹਨਾਂ ਜਿਹਨਾਂ ਨਾਲ ਝੂਠ ਬੋਲ ਬੋਲ ਕੇ ਠੱਗੀਆਂ ਮਾਰੀਆਂ ਉਹਨਾਂ ਦੇ ਮੁੱਲ ਦਿਓ ਤੇ ਸ਼ਾਂਤੀ। ਜਿੱਥੇ ਜਿੱਥੇ ਦਸਵੰਦ ਨਹੀਂ ਕੱਢਿਆ ਦਸਵੰਦ ਕੱਢੋ ਤਾਂ ਸ਼ਾਂਤੀ ਹੈ, ਤਾਂ ਨਿਤਨੇਮ 'ਚ ਜੀ ਜੁੜਨਾ ਹੈ, ਕਿਉਂਕਿ ਇੱਥੇ ਜਿੰਨੇ ਜਿੰਨੇ ਭਲਾ ਕਰਨਾ ਹੈ ਉਹਦਾ ਉਹਦਾ ਹੀ ਮਨ ਜੁੜਨਾ ਹੈ। ਅੱਜ ਅਸੀਂ ਬੱਚਿਆਂ ਨੂੰ ਕਲਾਸ ਲੈਣੀ ਹਾਂ, ਬਾਅਦ ਵਿੱਚ ਅਸੀਂ ਅੱਜ ਕਹਿੰਦੇ ਹਾਂ ਕਿ ਬੱਚਾ ਗੁਰਦੁਆਰਾ ਸਾਹਿਬ ਜਾਵੇ ਕੀਰਤਨ ਕਥਾ ਸਿੱਖੇ, ਪਹਿਲਾਂ ਸਟੇਜ 'ਤੇ ਬੈਠੇ ਅਤੇ ਅਗਲੇ ਹਫ਼ਤੇ ਕੀਰਤਨ ਕਰਨਾ ਸ਼ੁਰੂ ਕਰ ਦੇਵੇ। ਹਰ ਮਾਂ ਬਾਪ ਇਹ ਸੋਚਦਾ ਨਹੀਂ ਜੀ, ਸੋਚੋ ਜਦੋਂ ਗੁਰੂ ਸਾਹਿਬ ਕੋਲ ਬੱਚੇ ਆਉਂਦੇ ਸੀ ਤਾਂ ਕੀ ਪਹਿਲਾਂ ਕੀਰਤਨ ਕਰਨਾ ਸਿੱਖਦੇ ਸੀ? ਨਾ, ਪਹਿਲਾਂ ਉੱਥੇ ਲਾਉਂਦੇ ਸੀ ਪਿੱਛੇ ਭਾਂਡਿਆਂ ਦੀ ਸੇਵਾ ਕਰਦਾ, ਚੱਕ ਟੋਕਰੀ ਕਰ ਸੇਵਾ, ਤੈਨੂੰ ਲੱਗੇ ਪਤਾ ਕਿ ਜਿੰਨੇ ਜੀ ਆਏ ਨੇ ਸਾਰੇ ਰੱਬ ਦੇ ਬੰਦੇ ਨੇ, ਇਹਨਾਂ ਦੀ ਸੇਵਾ ਹੈ। ਇਹ ਤਾਂ ਘਰੇ ਮੇਰਾ ਵੀ ਬੇਟਾ 4 ਸਾਲ ਦਾ, ਮੇਰਾ ਹੀ ਹਜੂੰਡੀਆ ਮੇਰੇ ਕੋਲ ਫੜ ਕੇ ਗਲੇ 'ਚ ਪਾ ਕੇ ਕਹਿੰਦਾ ਪਾਪਾ ਮੈਂ ਕਥਾ ਕਰਨ ਚੱਲਿਆ ਚੰਡੀਗੜ੍ਹ, ਮੈਂ ਕਰਤਾ ਜੋ ਅਸੀਂ ਕਰਦੇ ਹਾਂ ਕਾਪੀ ਕਰਦੇ ਹਾਂ। ਹਰ ਕਿਸੇ ਨੂੰ ਲੀਡਰਸ਼ਿਪ ਚਾਹੀਦੀ ਹੈ,
गुरु साहब थलो सुकर सेवा एक दूजे नाल प्यार नाल इतने जोड़े का भी इन्ना सत्कार है, जोड़ा भी जोड़ जोड़ के रखा जाता है, सामभ के रखा जाता है, इतने सामभ के रखा किस तरीके गुरु घर च आके तो मन की शांति, तन की शांति, देशों की शांति, लड़ाइया खत्म, इदा का जीवन बना लो कि दुनिया के देश आखन के सिख साढ़े देश में होने चाहिए ने। इन्हों के होने असं अपने आप में चंगा महसूस करते हैं, इन्होंने नाल साड़ी जिंदगी बदलती है। हम गल आज पंजाबी जो अखीर तो मैं कह रहा गल उही आ लैक्चर के नाल बच्चों ने नहीं बदलना जी, जो करांगे उन्होंने उही करना है। पंजाबी बोलनी अपने बच्चों को शुरू करो, अंग्रेजी बोलनी सीख लैनी बहुत वड्डी सियाणप की गल की जरूरत है, बस इस बात की कुछ नहीं। इफ यू कैन स्पीक इंग्लिश इट डजंट मीन दैट यू आर अ सुपर सुपरमैन, भी बहुत बंदा बहुत ही चंगा है, बहुत ज्यादा है, तो एक नॉर्मल चीज़ है। पंजाबी साढ़े लिए पै रहा, बाकी चीज़ा बाद जे बच्चों संतोख करता है उन्होंने आवे दसवंध उन्होंने कहो भाई अपनी पॉकेट मनी चो पैसा कटो, किसी गरीब का किसी दूसरे का भला करो, जो नहीं औरफने चले जाओ कितने लै लो बच्चा वंड छका लैके रेस्टोरेंट जाना जिते दादा जी आपका बिल बना के आना उसे छक छका के आना तो अगले बारी कहना पापा उन्हें इतने नहीं सवाद लगता हूँ इस तो वजिए लैके चलो करी जाओ इच्छा पूरी सारी उम्र नौकर बने रहो वंड के छकना सिखाओ कहो चलो हम इतने तो पता नहीं औरफन है कि नहीं जिते अनाथ बच्चे रखे जाते इदा दिन थावे जिते सची मुची लौड़ है उत्थे जाके बच्चों को सेवा करो उत कर सेवा इन वाल वे इन्होंने माँ प्यो नहीं है इन्होंने हथ नहीं है उन्होंने वाल वेख लगेगा नहीं दुनिया में मेरी लौड़ है वो अपने आप में फिर फील करेगा एक पिता एक के हम बार प्रैक्टिकल कुछ करो कोई कर नहीं कर। बाकी गुरु अर्जन देव साहब सच्चे पातशाह जी शहादत कोई इसे ही रीजन यही से पीछे साहिब जलमा जी मां फड़ते नेताणिया के कारण से असी भी उस रस्ते से तुरना अच कोई असी ऐदा का इन्ना मुश्किल समा नहीं पर असी अब उस रस्ते तुरी जरा सतगुरु सानू बख्श गए दुनिया में शांति का पैगाम गुरु ग्रंथ साहब जी बख्शते हैं। किसी भी अपनी मर्जी थले चला की कोशिश करो कि रज के दुख पाओ फ्री सुनो घरे कलेष पाया चाहते हैं तो सौखा कामया सारे टब्बर कह दो अज तो बाद जिन्हें मेरी आना करनी मेरे तो बराबर सौखा कामया कलेष यही काम मुगलों ने किया यही काम अज के जेडे अज दरकार ने वह भी कहदियां ने सारे ईसाई है चंगी बोधी तो सिख सारे हिंदू जो भी कुछ करते बड़ा ही पैदा सारे अपनी अपनी थान ठीक है भाई गुलाब के अपनी खुशबू है बाकी हर हर कभी अपनी अपनी खुशबू बस हो गई जी समाप्ति इन बेनतियां प्रवान कर गुरु कृपा करे ये वचन साढ़े हिरदे अंदर वसन सतगुरु महाराज सच्चे पातशाह जी अंतर जामी पुरख बिधाते श्रद्धा मन की पूरे नानक दास यह सुख मंग है मुगो कर संतन की दूरे तुम भी सिख रहे तो मैनू भी सिखा दी मैं भी थोड़े नाल सिख रहा हूँ आओ जी गुरुद्वारा साहब हमेशा आओ जदों समा मिलता है जरूर आओ इतने बैठो इतने बैठने नाल ही अंदर की मैल तोड़ी जी अपने आप नाल गल करो सारा हफ्ता से पैसे नाल ही गल्लां हुंदियां अपने आप नाल गल करो अपना जीवन दे खुद में सवाल की गल करो दुनिया आपे सम जाए दुनिया बदल जाएगी लोगों को बदलने की कोशिश करा कि नहीं बदलते जी इधर आके जिमें कोई भी इंडियन केला खा के सड़क पर सुटता है छिलका सुटता है नहीं ना सुटता कल तो नहीं सुटता पता ना बाकी सारे इमारत है कोई एयरपोर्ट पर गंदगी सुटता नहीं सुटता क्यों क्योंकि बाकी सारे ठीक ठाक है भावें डंडे के डर ना लगे दूसरे को समझाने का तरीका है चंगे काम करके हर किसी की जिंदगी ਭੁੱਲਾ ਸਾਹਿਬ ਤੋਂ ਸੱਚੇ ਪਾਤਸ਼ਾਹ ਜੀ ਬਖਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਣਗੇ ਉਪਰੰਤ ਅਰਦਾਸ ਹੁਕਮਨਾਮਾ ਫਿਰ ਉਸ ਸੰਬੰਧ ਫਿਰ ਲੰਗਰ ਦੀ ਸੇਵਾ ਹੈ ਨਾਲ ਬੱਚਿਆਂ ਦੇ ਮਾਤਾ ਪਿਤਾ ਬੇਨਤੀ ਹੈ ਕਿ ਇਸ ਵਾਰੀ ਬੱਚਿਆਂ ਛੋਟੀਆਂ ਵੱਡੀਆਂ ਬੱਚਿਆਂ ਦੀਆਂ ਕਲਾਸਾਂ ਅਸੀਂ ਵੱਖਰੀਆਂ ਕਰ ਦਿੱਤੀ ਪਿਛਲੀ ਵਾਰ ਬੱਚੇ ਕੋਲ ਕਾਬੂ ਤੋਂ ਬਾਹਰ ਸੀ ਉਹਦੇ ਵਾਸਤੇ ਦੋਵੇਂ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ ਕਿ ਬੱਚੇ ਛੋਟੇ ਵੀ ਮਿਲ ਗਏ ਵੱਡੇ ਵੱਡੇ ਕੰਮ ਨਾ ਆਏ ਗੁਰੂ ਕਿਰਪਾ ਕਰੇ ਅਸੀਂ ਹੁਣ ਜਿਹੜੀਆਂ ਕਲਾਸਾਂ ਵੱਖਰੇ ਵੱਖਰੇ ਕਰਕੇ ਲਗਾਵਾਂਗੇ ਪੰਜਾਬੀ ਬੋਲਣੀ ਗੁਰਮਤਿ ਨਾਮ ਦਾ ਸਤਿ ਸ੍ਰੀ ਪਾਤਸ਼ਾਹ ਨੂੰ ਅਹਿਮੀਅਤ ਦੱਸਦੇ ਉਹਦੇ ਬਾਰੇ ਬਾਣੀ ਪਾਠ ਕਿਵੇਂ ਕਰਨਾ ਹੈ ਲੈਵਲ ਦੇ ਹਿਸਾਬ ਨਾਲ ਕਲਾਸ ਬਣ ਕੇ ਲਗਾਈ ਜਾਏ ਫਤਿਹ ਬੁਲਾਉਂਦੇ ਆ ਗਿਆ ਬਖਸ਼ਿਸ਼ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।